So far, I'm
Tonight, I'm
chahra ਫੈਸਲਾ ਦਿੰਦਾ ਤੇ ਨਾਲ ਹੀ ਇਹ ਕਹਿੰਦਾ ਜੇ ਕਮਾਵੇ
ਇਸ ਫੈਸਲੇ ਨੂੰ ਮੰਨ ਲੈਣ, ਇਹਦੀ ਕਮਾਈ ਕਰੇ। ਸੋ ਪਾਰ ਗ੍ਰਾਮੀ, ਆਹ ਲਫ਼ਜ਼ ਜ਼ਰਾ ਸਮਝਣਾ, ਸੋ ਪਾਰ ਗ੍ਰਾਮੀ, ਗ੍ਰਾਮੀ ਲਫ਼ਜ਼ ਸਾਡਾ ਆਮ ਵਰਤੋਂ ਵਾਲਾ ਹੈ। ਗ੍ਰਾਮ ਦਾ ਮਤਲਬ ਹੁੰਦਾ ਪਿੰਡ, ਗ੍ਰਾਮ ਪਿੰਡ ਨੂੰ ਕਹਿੰਦੇ, ਜਿਹੜਾ ਬਦਲਦਾ ਹੌਲੀ ਹੌਲੀ ਗਾਓਂ ਹੋ ਗਿਆ ਹੈ। ਗ੍ਰਾਮ ਜਿਹਨੂੰ ਆਪਾਂ ਕਹਿੰਦੇ ਗ੍ਰਾਮ, ਕਹਿੰਦੇ ਸਨ ਗ੍ਰਾਂ, ਤੇਰਾ ਕਿਹੜਾ ਗ੍ਰਾਂ ਹੈ। ਗ੍ਰਾਮ ਦਾ ਅਰਥ ਹੈ ਪਿੰਡ, ਤੇ ਗ੍ਰਾਮੀ ਦਾ ਅਰਥ ਹੈ ਪਿੰਡ ਵਿੱਚ ਰਹਿਣ ਵਾਲਾ ਵਸਨੀਕ, ਜਿਹਨੂੰ ਆਪਾਂ ਕਹਿੰਦੇ ਹਾਂ ਉਧਰ ਗ੍ਰਾਂ ਕਹਿੰਦੇ, ਇੱਧਰ ਕਹਿੰਦੇ ਹਾਂ ਨਾਲ ਹੀ ਗ੍ਰਾਈ, ਇਹ ਮੇਰਾ ਗ੍ਰਾਈ ਹੈ। ਇਹ ਸਾਡੇ ਆਮ ਬੋਲੀ ਵਿੱਚ ਗੁਰਬਾਣੀ ਨੂੰ ਸਮਝਣ ਲੱਗੇ ਸਤਿਗੁਰੂ, ਇਹ ਮੇਰਾ ਗ੍ਰਾਈ ਹੈ, ਭਾਵ ਮੇਰੇ ਪਿੰਡ ਵਿੱਚ ਜਿੱਥੇ ਮੈਂ ਰਹਿਣਾ ਉੱਥੇ ਹੀ ਇਹ ਰਹਿੰਦਾ ਹੈ, ਇਹ ਗ੍ਰਾਮੀ ਹੈ। ਗੁਰੂ ਨੇ ਇਹਨੂੰ ਲਫ਼ਜ਼ ਗ੍ਰਾਮੀ ਵਰਤਿਆ। ਗ੍ਰਾਮ ਵਿੱਚ ਪਿੰਡ ਵਿੱਚ ਰਹਿਣ ਵਾਲਾ, ਉਸ ਸ਼ਹਿਰ ਵਿੱਚ ਰਹਿਣ ਵਾਲਾ, ਜਿਵੇਂ ਬਾਬਾ ਰਾਮਦਾਸ ਨੇ ਕਹਿ ਦਿੱਤਾ, ਬੇਗਮਪੁਰਾ ਸ਼ਹਿਰ ਕੋ ਨਾ ਦੁਖਾਂ ਦੋ ਨਹੀਂ ਪੈਠਾਓ, ਉਸ ਗ੍ਰਾਮ ਦੀਆਂ ਗੱਲਾਂ ਕੀਤੀਆਂ, ਅਤੇ ਅਖੀਰ 'ਤੇ ਇਹ ਵੀ ਕਹਿ ਦਿੱਤਾ, ਜੋ ਹਨ ਸ਼ਹਿਰੀ, ਸ਼ਹਿਰ ਦੇ ਨਾਲ ਸ਼ਹਿਰੀ, ਗ੍ਰਾਮ ਨਾਲ ਗ੍ਰਾਮੀ, ਜਿਹੜਾ ਮੇਰਾ ਸ਼ਹਿਰੀ ਹੋਵੇ, ਜਿਹੜਾ ਮੇਰੇ ਗ੍ਰਾਮ ਵਿੱਚ ਵੱਸਦਾ ਹੋਵੇ, ਜਿਹੜਾ ਮੇਰੇ ਵਤਨ ਵਿੱਚ ਰਹਿੰਦਾ ਹੋਵੇ, ਉਹ ਮੇਰਾ ਮਿੱਤਰ ਹੈ। ਕਹਿੰਦੇ ਮਤਲਬ ਮਿੱਤਰਾਂ ਲਈ ਵੀ ਇੱਕ ਸੀਮਾ ਤੈਅ ਕਰ ਦਿੰਦੀ, ਜਿਹੜਾ ਮੇਰੇ ਗ੍ਰਾਮ ਵਿੱਚ ਹੀ ਨਹੀਂ ਰਹਿੰਦਾ, ਮੇਰਾ ਕਾਹਦਾ ਮਿੱਤਰ ਹੈ। ਬਾਬਾ ਰਾਮਦਾਸ ਨੇ ਆਖ ਦਿੱਤਾ, ਜੋ ਹਮ ਸ਼ਹਿਰੀ ਸੋ ਮੀਤ ਹਮਾਰਾ, ਸ਼ਹਿਰੀ ਤੋਂ ਅਰਥ ਵੀ ਗ੍ਰਾਮੀਣ ਹੈ। ਹੁਣ ਇੱਥੇ ਅਸੀਂ ਇਸ ਲਫ਼ਜ਼ ਦੀ ਚੇਤਨਤਾ ਵਿੱਚੋਂ ਬਾਕੀ ਸਾਰਾ ਸ਼ਬਦ ਲੱਭੇ। ਦੁਨੀਆ ਦਾ ਹਰ ਮਨੁੱਖ ਕਿਸੇ ਨਾ ਕਿਸੇ ਦੇਸ਼ ਵਤਨ ਦਾ ਵਤਨੀ, ਉਸ ਰਹਿਣ ਵਾਲੇ ਵਤਨ ਵਿੱਚ ਰਹਿਣ ਵਾਲੇ ਨੂੰ ਵਤਨੀ ਆਖਦੇ, ਸ਼ਹਿਰ ਵਿੱਚ ਰਹਿਣ ਵਾਲੇ ਨੂੰ ਸ਼ਹਿਰੀ ਆਖਦੇ, ਗ੍ਰਾਮ ਵਿੱਚ ਵੱਸਣ ਵਾਲੇ ਨੂੰ ਗ੍ਰਾਮੀ ਕਹਿੰਦੇ। ਦੁਨੀਆ ਦਾ ਹਰ ਮਨੁੱਖ ਕਿਸੇ ਨਾ ਕਿਸੇ ਵਤਨ ਵਿੱਚ, ਗ੍ਰਾਮ ਵਿੱਚ ਰਹਿੰਦਾ, ਗ੍ਰਾਮ ਵਿੱਚ। ਇੱਕ ਖਿਆਲ ਕਰਿਓ, ਹਰ ਗ੍ਰਾਮ, ਹਰ ਵਤਨ ਜਿਹੜਾ ਹੈ, ਉਹਦਾ ਆਪਣਾ ਸੰਵਿਧਾਨ ਹੈ, ਸਿਧਾਂਤ ਹੈ, ਕਾਨੂੰਨ ਹੈ, ਇੱਥੋਂ ਤੱਕ ਕਿ ਉਹਦੀ ਆਪਣੀ ਕਰੰਸੀ ਹੈ। ਕਿਸੇ ਦੂਜੇ ਦੇਸ਼ ਦੀ ਕਰੰਸੀ ਲੈ ਕੇ ਤੁਸੀਂ ਇੱਥੇ ਪੈ ਫਿਰੋ, ਜਿੰਨੀ ਦੇਰ ਉਹਨੂੰ ਕਨਵਰਟ ਨਹੀਂ ਕਰਾ ਲਓਗੇ, ਇੱਥੇ ਤਾਂ ਇਸੇ ਕਿ ਦੇਸ਼ ਦੀ ਕਰੰਸੀ ਹੀ ਚੱਲਦੀ, ਹਿੰਦੁਸਤਾਨ ਦੀ ਕਰੰਸੀ ਹੀ, ਪੰਡਾ ਬਣ ਕੇ ਇੱਥੇ ਲੈ ਆਓ, ਉਹ ਨਹੀਂ ਚੱਲਣੀ ਹੈ। ਇਸ ਦੇਸ਼ ਦੀ ਆਪਣੀ ਕਰੰਸੀ ਹੈ, ਇਸ ਦੇਸ਼ ਦਾ ਆਪਣਾ ਸੰਵਿਧਾਨ ਹੈ, ਇਸ ਦੇਸ਼ ਦਾ ਆਪਣਾ ਕਾਨੂੰਨ ਹੈ। ਕਿਸੇ ਦੂਜੇ ਦੇਸ਼ ਦੇ ਕਾਨੂੰਨ ਨੂੰ ਤੁਸੀਂ ਇੱਥੇ ਆ ਕੇ ਲਾਗੂ ਕਰਨਾ ਚਾਹੋ, ਉਸ ਦੇਸ਼ ਦੇ ਸੰਵਿਧਾਨ ਨੂੰ ਇੱਥੇ ਲਾਗੂ ਕਰਨਾ ਚਾਹੋ, ਉੱਥੋਂ ਦੀ ਕਰੰਸੀ ਨੂੰ ਇੱਥੇ ਲਾਗੂ ਕਰਨਾ ਚਾਹੋ, ਕੁਛ ਵੀ ਨਹੀਂ ਹੁੰਦਾ, ਨਹੀਂ ਚੱਲ ਸਕਦਾ, ਅਸਫਲ ਹੋ ਜਾ। ਲਓ
ਇਸ ਗੱਲ ਨੂੰ ਲੈ ਕੇ ਗੁਰੂ ਨਾਨਕ ਦਾ ਸ਼ਬਦ ਜਿਹੜਾ ਹੁਣ ਵਿਚਾਰਿਆ। ਗੁਰੂ ਕਹਿੰਦੇ ਨੇ ਆ ਮੈਂ ਤੈਨੂੰ ਉਸ ਗ੍ਰਾਮ ਦਾ ਗ੍ਰਾਮੀ ਬਣਾਉਣਾ ਚਾਹੁੰਦਾ, ਉਸ ਗ੍ਰਾਮ ਦਾ ਗ੍ਰਾਮੀ ਜਿਹੜਾ ਗ੍ਰਾਮ ਪਾਰ ਹੈ। ਪਾਰ ਕੀ ਵੱਖਰਾ ਸ਼ਬਦ ਆ ਚੁੱਕਾ ਇੱਕ ਵਾਰ ਕਿ ਪਾਰ ਸਾਜਨ ਅਪਾਰ ਪ੍ਰੀਤਮ ਗੁਰ ਸ਼ਬਦ ਸੁਰਤ ਲਗਾ ਹੋਇਆ। ਉਹ ਰੱਬ ਦਾ ਘਰ ਇਸ ਸੰਸਾਰ ਸਮੁੰਦਰ ਤੋਂ ਪਾਰ ਹੈ। ਇਸੇ ਲਈ ਅਰਦਾਸ ਵਿੱਚ ਗੁਰੂ ਨੇ ਬਾਣੀ ਅੰਦਰ ਵੀ ਇਹ ਆਖ ਦਿੱਤਾ ਕਿ ਮੈਨੂੰ ਇਸ ਸੰਸਾਰ ਸਮੁੰਦਰ ਤੋਂ ਪਾਰ ਕਰ, ਭਾਵ ਮੇਰੇ ਰੱਬ ਦਾ ਘਰ ਜਿੱਥੇ ਹੈ ਮੈਨੂੰ ਉੱਥੇ ਪਹੁੰਚਾ, ਸੰਸਾਰ ਸਮੁੰਦਰ ਤੋਂ ਪਾਰ ਕਰ, ਤਾਂ ਕਿ ਮੈਂ ਉੱਥੋਂ ਦਾ ਪਾਰ ਦਾ ਗ੍ਰਾਮੀ ਹੋ ਜਾਵਾਂ, ਉੱਥੋਂ ਦਾ ਵਸਨੀਕ ਹੋ ਜਾਵਾਂ। ਮੈਂ ਇਸ ਸ਼ਬਦ ਨੂੰ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ, ਤਾਂ ਕਿ ਮੈਂ ਉਸ ਪਾਰ ਦਾ ਜਿਹੜਾ ਪਾਰ ਗ੍ਰਾਮ ਹੈ ਪਾਰ ਵਤਨ ਹੈ ਉੱਥੋਂ ਦਾ ਵਤਨੀ ਹੋ ਜਾਵਾਂ, ਗ੍ਰਾਮੀ ਹੋ ਜਾਵਾਂ। ਅਤੇ ਗੁਰੂ ਨੇ ਕਹਿੰਦਾ ਵੀ ਮੈਨੂੰ ਕੋਈ ਪਰੇਸ਼ਾਨੀ ਨਹੀਂ, ਜੇ ਤੂੰ ਉਸ ਪਾਰ ਦੇ ਗ੍ਰਾਮ ਦਾ ਜਿੱਥੇ ਰੱਬ ਰਹਿੰਦਾ ਜਿੱਥੇ ਪ੍ਰਭੂ ਰਹਿੰਦਾ ਜੇ ਤੂੰ ਉਸ ਗ੍ਰਾਮ ਦਾ ਗ੍ਰਾਮੀ ਹੋਣਾ ਚਾਹੁੰਦਾ ਮੈਨੂੰ ਖੁਸ਼ੀ ਹੈ, ਖੁਸ਼ੀ ਹੈ। ਤੂੰ ਉੱਥੋਂ ਦਾ ਸ਼ਹਿਰੀ ਹੋ ਗ੍ਰਾਮੀ ਹੋ ਚੰਗੀ ਗੱਲ, ਪਰ ਜਦੋਂ ਉਸ ਸ਼ਹਿਰ ਦਾ ਗ੍ਰਾਮੀ ਹੋਣ ਦੀ ਤੇਰੀ ਚਾਹਤ ਹੋਵੇ ਨਾ ਪਹਿਲਾਂ ਤੂੰ ਉੱਥੋਂ ਦਾ ਸੰਵਿਧਾਨ ਕਾਨੂੰਨ ਕਰੰਸੀ ਇਹ ਇਕੱਠੀ ਕਰ ਲੈ। ਸਾਰਾ ਸ਼ਬਦ ਇਸੇ ਗੱਲ ਤੇ ਆਉਂਦਾ, ਜਦੋਂ ਮਾਲਕ ਦੇ ਦਰ ਦਾ ਉਹਦੇ ਘਰ ਦਾ ਉਹਦੇ ਵਤਨ ਦਾ ਉਹਦੇ ਗ੍ਰਾਮ ਦਾ ਤੂੰ ਗ੍ਰਾਮੀ ਹੋਣਾ ਚਾਹੇ ਮੈਂ ਤਿਆਰ, ਪਰ ਮੇਰੇ ਕੋਲੋਂ ਇੱਕ ਲਿਸਟ ਲੈ ਜਾ, ਹੁਣ ਤੱਕ ਤੇਰੇ ਕੋਲ ਜਿਹੜੀ ਕਰੰਸੀ ਹੈ ਨੇ ਉੱਥੇ ਨਹੀਂ ਚੱਲਣੀ, ਹੁਣ ਤੱਕ ਜਿਹੜੀ ਤੇਰੇ ਕੋਲ ਕਰੰਸੀ ਹੈ ਨੇ ਉੱਥੇ ਨਹੀਂ ਚੱਲਣੀ, ਹੁਣ ਤੱਕ ਜਿਹੜਾ ਸੰਵਿਧਾਨ ਤੇ ਕਾਨੂੰਨ ਵਿੱਚ ਰਹਿ ਰਹਿ ਕੇ ਤੂੰ ਆਪਣਾ ਜੀਵਨ ਗੁਜ਼ਾਰ ਰਿਹਾ ਨਾ ਇਹ ਉੱਥੇ ਨਹੀਂ ਚੱਲਣਾ, ਉੱਥੋਂ ਦਾ ਕਾਨੂੰਨ ਹੋ ਰਿਹਾ। ਆਹ ਲਿਸਟ ਲੈ ਲੈ, ਹੁਣ ਜ਼ਰਾ ਉਸ ਲਿਸਟ ਵੱਲ ਆਓ, ਸਾਨੂੰ ਪਤਾ ਲੱਗ ਜਾਏ ਅਸੀਂ ਪਾਰ ਗ੍ਰਾਮੀ ਰੱਬ ਦੇ ਘਰ ਦੇ ਸ਼ਹਿਰੀ ਬਣਨਾ ਚਾਹੁੰਦੇ ਹਾਂ ਤੇ ਸਾਨੂੰ ਪਤਾ ਹੀ ਨਹੀਂ ਜਿਹੜੀ ਸਾਡੇ ਕੋਲ ਕਰੰਸੀ ਹੈ ਜਿਹੜਾ ਸਾਡੇ ਕੋਲ ਸੰਵਿਧਾਨ ਹੈ ਜਿਸ ਕਾਨੂੰਨ ਵਿੱਚ ਅਸੀਂ ਰਹਿ ਰਹੇ ਹਾਂ ਇਹ ਅਸੀਂ ਕਾਨੂੰਨ ਉੱਥੇ ਲਾਗੂ ਕਰਨਾ ਚਾਹੁੰਦੇ ਹਾਂ, ਉੱਥੇ ਵੜਨ ਨਹੀਂ ਦਿੰਦਾ ਉਸ ਕਾਨੂੰਨ ਨੂੰ, ਉੱਥੇ ਥਾਂ ਹੀ ਕੋਈ ਨਹੀਂ। ਇਹ ਫੈਸਲਾ ਗੁਰੂ ਨਾਨਕ ਦਾ ਕਹਿੰਦੇ ਨੇ ਦਾ ਵਤਨੀ ਹੋ ਸਕਦਾ। ਕਹਿਣ ਲੱਗੇ ਜੀ ਸਮਝਾਓ ਉਸ
ਵਤਨ ਦਾ ਸੰਵਿਧਾਨ ਕੀ ਹੈ, ਉੱਥੋਂ ਦਾ ਚੱਲਣ ਕੀ ਹੈ, ਉੱਥੋਂ ਦਾ ਕਾਨੂੰਨ ਕੀ ਹੈ, ਉੱਥੋਂ ਦੀ ਕਰੰਸੀ ਕਿਹੜੀ ਹੈ, ਅਤੇ ਜਿਹੜੀ ਮੇਰੇ ਕੋਲ ਚੀਜ਼ ਹੈ ਉਹ ਮੈਂ ਤੇਰੇ ਸਾਹਮਣੇ ਰੱਖ ਦਿੰਦਾ। ਗੁਰੂ ਨਾਨਕ ਦੇ ਸਾਹਮਣੇ ਉਹ ਚੀਜ਼ ਰੱਖੀ ਗਈ, ਆਹ ਮੇਰੇ ਕੋਲ ਕਰੰਸੀ ਹੈ, ਆਹ ਮੈਂ ਕਾਨੂੰਨ ਪੜ੍ਹਿਆ, ਸੰਵਿਧਾਨ ਵਿੱਚ ਮੈਂ ਹੁਣ ਤੱਕ ਰਿਹਾ। ਹੁਣ ਮੈਨੂੰ ਦੱਸੋ ਕਿ ਮੇਰੇ ਕੋਲ ਜਿਹੜਾ ਹੁਣ ਤੱਕ ਦਾ ਸੰਵਿਧਾਨ ਤੇ ਕਾਨੂੰਨ ਹੈ, ਕਰੰਸੀ ਹੈ, ਉਹ ਉੱਥੇ ਚੱਲੇਗੀ? ਮੈਂ ਪਾਰਗ੍ਰਾਮੀ ਹੋਣਾ ਚਾਹੁੰਦਾ, ਉੱਥੇ ਚੱਲੇਗੀ? ਲਓ ਇਸ ਗੱਲ ਦਾ ਜਵਾਬ ਗੁਰੂ ਨਾਨਕ ਦਿੰਦੇ ਨੇ, ਕਹਿੰਦੇ ਉੱਥੋਂ ਦੇ ਬਾਦਸ਼ਾਹ ਪੁੱਤੀ ਪਹਿਲਾਂ ਜਾਣ ਲੈ, ਜੇ ਉੱਥੇ ਜਾ ਕੇ ਤੈਨੂੰ ਕੋਈ ਪੁੱਛੇ ਇੱਥੋਂ ਦਾ ਰਾਸ਼ਟਰਪਤੀ ਕੌਣ ਹੈ, ਉੱਥੇ ਕਿਤੇ ਆਪਣੇ ਪਹਿਲੇ ਵਤਨ ਦੇ ਰਾਸ਼ਟਰਪਤੀ ਦਾ ਨਾਂ ਨਾ ਲੈ ਦੇਈ, ਆਹ ਦੇਵੀ ਹੈ, ਆਹ ਦੇਵਤਾ ਹੈ, ਨਹੀਂ ਉੱਥੇ ਤਾਂ ਹਰੀ ਹਰੀ ਹੈ ਬਸ, ਬਾਕੀ ਕੋਈ ਨਾਮ ਉੱਥੇ ਨਹੀਂ ਉਚਾਰਨਾ। ਰਾਸ਼ਟਰਪਤੀ ਨਹੀਂ, ਹਰ ਬਿਨ ਅਵਰ ਕਿਰਿਆ ਬਿਰਥੇ। ਫਿਰ ਇਹ ਵੀ ਦੇਖ ਲੈ, ਜਪ ਤਪ ਸੰਜਮ ਕਰਮ ਕਮਾਲੇ, ਇੱਥੋਂ ਦਾ ਸੰਵਿਧਾਨ ਹੈ। ਉੱਥੇ ਤੇਰਾ ਜਪ ਤਪ ਸੰਜਮ ਵੀ ਨਹੀਂ ਚੱਲਣਾ। ਆਪਾਂ ਜਰਾ ਸੋਚਦੇ ਚੱਲਿਓ ਕਿ ਸਾਡੇ ਕੋਲ ਕੀ ਹੈ। ਗੱਲ ਰੱਬ ਦੇ ਘਰ ਦੀ ਕਰਨ ਲਈ, ਸੁਣਨ ਲਈ ਆਉਂਦੇ ਹਾਂ, ਪਰ ਅਸੀਂ ਆਹ ਚੀਜ਼ਾਂ ਨਹੀਂ ਸੁਣਦੇ। ਕਹਿੰਦੇ ਨੇ ਤੂੰ ਜਪ ਤਪ ਸੰਜਮ ਵਿੱਚ, ਸੰਜਮ ਦਾ ਮਤਲਬ ਸੰਕੋਚ ਕੇ, ਵਰਤ ਰੱਖ ਕੇ, ਆਹ ਖਾਣਾ ਹੈ, ਆਹ ਨਹੀਂ ਖਾਣਾ, ਆ ਬੋਲਣਾ, ਹਰ ਵਕਤ ਤੂੰ ਇਸੇ ਝੰਝਟ ਵਿੱਚ ਪਿਆ ਹੋਇਆ, ਸੰਜਮ ਕੀ ਕਹਿਣ ਲੱਗੇ? ਜਪ ਤਪ ਸੰਜਮ ਕਰਮ ਕਮਾਣੇ, ਇਹ ਔਰ ਹੈ ਮੂਸੇ। ਮੂਸੇ ਦਾ ਮਤਲਬ ਖੋਲਣ। ਜਦੋਂ ਤੁਸੀਂ ਬਾਰਡਰ ਕ੍ਰਾਸ ਕਰਦੇ ਹੋ, ਰੋਜ਼ਾਨਾ ਜੀਵਨ ਦੀਆਂ ਗੱਲਾਂ ਬਾਬਾ ਕਈ ਗੁਰਸੱਚੇ ਪਾਤਸ਼ਾਹ ਨੇ ਸਮਝਾਉਣ ਲੱਗੇ ਆ, ਕੋਈ ਕਸਰ ਨਹੀਂ ਛੱਡਦੇ। ਜਦੋਂ ਤੁਸੀਂ ਇਮੀਗ੍ਰੇਸ਼ਨ ਦਰਵਾਜ਼ੇ ਤੇ ਪਹੁੰਚਦੇ ਹੋ, ਗੇਟ ਤੇ ਪਹੁੰਚੇ ਹੋ, ਉੱਥੇ ਬੈਠੇ ਨੇ ਨਾ ਉਹ ਲੋਕ ਜਿਹੜੇ ਤੁਹਾਡਾ ਸਮਾਨ ਖੁਲਾ ਕੇ ਵੇਖਦੇ ਨੇ। ਕਿਸੇ ਦੂਜੇ ਦੇਸ਼ ਦੀ ਕੋਈ ਚੀਜ਼ ਖਾਣ ਖੁਰਾਕ ਦੀ ਵੀ ਤੂੰ ਇੱਥੇ ਨਹੀਂ ਲਿਆ ਸਕਦਾ, ਉੱਥੇ ਖੋ ਰਹੇ, ਇੱਥੇ ਰੱਖ ਦੇ। ਕਹਿਣ ਲੱਗਿਆ ਜਿੰਨੇ ਤੇਰੇ ਜਪ ਤਪ ਸੰਜਮ ਨੇ ਨਾ, ਇਹ ਤੇਰੇ ਉਸੇ ਸੰਸਾਰ ਦੇ ਦੇਸ਼ ਵਿੱਚ ਹੀ ਚਲਦੇ ਨੇ, ਮੇਰੇ ਰੱਬ ਦੇ ਘਰ ਵਿੱਚ ਇਹਨਾਂ ਦੀ ਕੋਈ ਥੋੜ੍ਹੇ ਨਹੀਂ ਲੋੜ ਨਹੀਂ। ਜਪ ਤਪ ਸੰਜਮ ਕਰਮ ਕਮਾਣੇ,
ਇਸ ਬਾਰਡਰ ਤੇ ਤੇਰੇ ਕੋਲ ਵੇਖੋ ਲੈ ਜਾਣੇ, ਇਹ ਉੱਥੇ ਨਹੀਂ ਜਾ ਸਕਦੇ। ਕਿਆ ਜਪ, ਕਿਆ ਤਪ, ਕਿਆ ਮਤ ਜਾ ਕੇ ਰਹਿੰਦੇ ਭਾਵ ਹੈ, ਕਹਿੰਦੇ ਉੱਥੇ ਨਹੀਂ ਜਾ ਸਕਦੇ। ਕਿਉਂ? ਰੱਬ ਦੇ ਘਰ ਪਾਰਗ੍ਰਾਮੀ ਹੋਣ ਲਈ ਜਿਹੜੇ ਨਿਯਮ ਨੇ ਉਹ ਗੁਰੂ ਨਾਨਕ ਦੇ ਸ਼ਬਦ ਵਿੱਚ ਬੜੇ ਸਪਸ਼ਟ ਕਰ ਦਿੱਤੇ ਹੈ। ਇਹ ਹੋ ਰਹੇ ਮੂਸੇ ਅੱਗੇ ਕਹਿੰਦੇ ਨੇ, ਵਰਤ ਨੇਮ ਸੰਜਮ ਮੈਂ ਰਹਿਤਾ। ਅੱਜ ਨੀਆਂ ਸਾਡੇ ਤੇ ਲਾਗੂ ਕੀਤੀਆਂ ਗਈਆਂ ਆਪਣੇ ਆਪਣੇ ਹੁਕਮ ਵਿੱਚ ਮਰਿਆਦਾ ਨੇ। ਅਸੀਂ ਗੁਰੂ ਕੋਲ ਪੁੱਛੀਏ ਜੀ ਮਰਿਆਦਾ ਕੀ ਮੇਰੇ ਰੱਬ ਦੇ ਘਰ ਦੀ। ਅਸੀਂ ਦੁਨੀਆਦਾਰਾਂ ਕੋਲੋਂ ਰੱਬ ਦੇ ਘਰ ਦੀ ਮਰਿਆਦਾ ਪੁੱਛਣਾ ਚਾਹੁੰਦੇ ਹਾਂ ਜੀ। ਗੱਲ ਹੈ ਇਹੋ ਕਾਰਨ, ਕਿਉਂਕਿ ਦੁਨੀਆਂ ਦੇ ਹਰ ਮਨੁੱਖ ਦੇ ਆਪਣੇ ਖਿਆਲ ਨੇ, ਇਸ ਲਈ ਉਹਨਾਂ ਦੀਆਂ ਮਰਿਆਦਾ ਵੀ ਆਪਣੀਆਂ। ਉਹ ਕਹਿੰਦਾ ਨਹੀਂ ਇਸ ਮਰਿਆਦਾ ਨਾਲ ਤੂੰ ਸਿੱਖ ਬਣੇਗਾ, ਉਹ ਕਹਿੰਦਾ ਨਹੀਂ ਇਸ ਮਰਿਆਦਾ ਨਾਲ ਬਣੇਗਾ, ਦੂਜਾ ਕਹਿੰਦਾ ਇਸ ਨਾਲ ਬਣੇਗਾ। ਕੋਈ ਗੁਰੂ ਕੋਲੋਂ ਪੁੱਛਦਾ ਨਹੀਂ ਜੀ, ਹੇ ਸਤਿਗੁਰੂ ਤੇਰੀ ਗੁਰਬਾਣੀ ਦੀ ਮਰਿਆਦਾ ਕੀ ਹੈ। ਕਹਿਣ ਲੱਗੇ ਵਰਤ ਨੇਮ ਸੰਜਮ ਮੈਂ ਰਹਿਤਾ, ਤਿਨਕਾ ਆੜ ਨਾ ਪਾਇਆ। ਉੱਥੇ ਇਹਦੀ ਅੱਡੀ ਕੌਡੀ ਜਿੰਨਾ ਮੁੱਲ ਵੀ ਨਹੀਂ। ਇਹ ਮਨੁੱਖਾਂ ਦੀਆਂ ਬਣਾਈਆਂ ਹੋਈਆਂ ਮਰਿਆਦਾ ਫਾਹੀਆਂ ਤੇਰੇ ਗੱਲ ਵਿੱਚ ਜਿਹੜੀਆਂ ਪਈਆਂ, ਇਹਦੇ ਕੌਡੀ ਜਿੰਨਾ ਵੀ ਉੱਥੇ ਮਿਲ ਨਹੀਂ। ਤਿਨਕਾ ਆੜ ਨਾ ਪਾਇਆ। ਕਹਿਣ ਲੱਗੇ ਅੱਗੇ ਚੱਲਣਾ ਔਰ ਹੈ ਭਾਈ, ਚੱਲਣ ਕਹਿੰਦੇ ਮਰਿਆਦਾ ਨੂੰ, ਚਾਲ ਚੱਲਣ ਜਿਹਨੂੰ ਆਪਾਂ ਆਖਦੇ ਹਾਂ, ਲੈਣੀ ਪੈਣੀ ਅੱਗੇ ਚੱਲਣਾ ਔਰ ਹੈ ਭਾਈ। ਹੇ ਮਿੱਤਰਾ, ਉੱਥੋਂ ਦਾ ਚੱਲਣ, ਉੱਥੋਂ ਦੀ ਮਰਿਆਦਾ ਹੋਰ ਹੈ, ਜਿਹੜੀ ਕੋਈ ਮਨੁੱਖ ਨਹੀਂ ਤੈਨੂੰ ਦੱਸ ਸਕਦਾ, ਕੇਵਲ ਗੁਰੂ ਹੀ ਦੱਸ। ਅੱਜ ਮੈਂ ਕਿਹਾ ਦੱਸਾਂ, ਕੁਦਰਤੀ ਗੁਰਬਾਣੀ ਦਾ ਸ਼ਬਦ ਸਾਡੇ ਸਾਹਮਣੇ ਆ ਗਿਆ, ਭਲਾ ਅਜੇ ਵੀ ਸਾਨੂੰ ਭੁਲੇਖੇ ਰਹਿ ਜਾਣ, ਅਸੀਂ ਮਨੁੱਖਾਂ ਦੇ ਮੁਤਾਜ ਖੜੇ ਰਹੀਏ, ਸਾਨੂੰ ਰੱਬ ਦੇ ਘਰ ਦੀ ਗੱਲ ਇਹ ਦੱਸੇ ਕਿ ਇਹ ਸਾਨੂੰ ਚਲਾ ਕੇ ਉੱਥੇ ਪਹੁੰਚਾ, ਫਿਰ ਸਾਡਾ ਮੁਕਾਬਲਾ ਹੋਵੇਗਾ। ਕਹਿੰਦੇ ਨੇ ਭਰਿਆ ਵਰਤ ਨੇਮ ਸੰਜਮ ਮੈਂ ਰਹਿਤਾ, ਤਿਨਕਾ ਆੜ ਨਾ ਪਾਇਆ। ਅੱਗੇ ਚੱਲਣ ਹੋਰ ਹੈ ਭਾਈ, ਉੱਥੋਂ ਦੀ ਮਰਿਆਦਾ ਹੋਰ ਹੈ, ਜਿਹੜੀ ਮਨੁੱਖ ਨਹੀਂ ਦੱਸ ਸਕਦਾ, ਕੇਵਲ ਗੁਰੂ ਹੀ ਦੱਸ ਸਕਦਾ। ਗੁਰੂ ਕੋਲੋਂ ਪੁੱਛ ਜੀ, ਮੇਰੇ ਜੀਵਨ ਦੀ ਰਹਿਤ ਕਿਹੋ ਜਿਹੀ ਹੋਣੀ ਚਾਹੀਦੀ ਹੈ, ਤਾਂ ਕਿ ਮੇਰੇ ਮਾਲਕ ਦੇ ਦਰ ਤੇ ਪਹੁੰਚਣ ਲੱਗਿਆਂ, ਪ੍ਰਵੇਸ਼ ਕਰਨ ਲੱਗਿਆਂ, ਉਸ ਵਤਨ ਦਾ ਵਤਨੀ ਹੋਣ ਲੱਗਿਆਂ, ਉਸ ਗ੍ਰਾਮ ਦਾ ਗ੍ਰਾਮੀ ਹੋਣ ਲੱਗਿਆਂ, ਮੈਨੂੰ ਕੋਈ ਰੁਕਾਵਟ ਨਾ ਪਵੇ, ਇਹ ਨਾ ਹੋਵੇ ਬਾਰਡਰ ਤੇ ਮੈਨੂੰ ਰੋਕ ਲੈਣ, ਤੂੰ ਨਹੀਂ ਜਾ ਸਕਦਾ। ਗੁਰੂ ਕਹਿੰਦੇ ਨੇ ਅੱਗੇ ਚੱਲਣ ਔਰ ਹੈ ਭਾਈ, ਮੂੰਹਾਂ ਕੰਮ ਨਾ ਆਇਆ ਤੇਰਾ, ਇੱਥੋਂ ਦਾ ਰਹਿਣ ਸਹਿਣ ਉਸ ਮਾਲਕ ਦੇ ਦਰ ਤੇ ਪ੍ਰਵਾਨ ਨਹੀਂ। ਕਹਿੰਦੇ ਨੀ ਇੱਥੋਂ ਦਾ ਰਹਿਣ ਸਹਿਣ ਕਿਹੜਾ ਹੈ, ਬਿਲਕੁਲ ਫੈਸਲਾ ਬੜਾ ਬੜਾ ਖੂਬਸੂਰਤ ਸ਼ਬਦ ਵਿੱਚ ਸਾਰਾ ਫੈਸਲਾ ਹੈ। ਆਪਾਂ ਕਿਸੇ ਵਤਨ ਦਾ ਵਤਨ ਨਹੀਂ ਹੋਣਾ ਹੋਵੇ, ਸਿਟੀਜਨ ਹੋਣਾ ਹੋਵੇ ਇੱਥੇ ਦਾ, ਪਹਿਲੇ ਤੁਹਾਨੂੰ ਕਿਤਾਬ ਦਿੰਦੇ ਨੇ ਨਾ, ਗੁਰਦੁਆਰਾ ਜੀ ਬੰਦੀ ਕਰਨ। ਜਦੋਂ ਕਿਸੇ ਦੇਸ਼ ਦਾ ਤੁਸੀਂ ਸਿਟੀਜਨ ਹੋਣਾ ਹੋਵੇ, ਉਹਦੇ ਤੋਂ ਪਹਿਲਾਂ ਤੁਹਾਨੂੰ ਇੱਕ ਛੋਟੀ ਜਿਹੀ ਕਿਤਾਬ ਮਿਲੇਗੀ, ਇਹਨੂੰ ਪੜ੍ਹ, ਤਾਂ ਕਿ ਤੈਨੂੰ ਇੱਥੋਂ ਦੇ ਨਿਯਮਾਂ ਦਾ, ਇੱਥੋਂ ਦੇ ਸੰਵਿਧਾਨ ਦਾ, ਇੱਥੇ ਤੂੰ ਰਹਿਣਾ ਤਾਂ ਕਿਵੇਂ ਰਹਿਣਾ,
ਤੇਰੇ ਤੇ ਕੀ ਲਾਗੂ ਹੁੰਦਾ ਪਤਾ ਲੱਗਦਾ, ਫਿਰ ਟੈਸਟ ਹੁੰਦਾ ਹੈ। ਤੈਨੂੰ ਯਾਦ ਹੈ ਸਾਡਾ ਤਾਂ ਟੈਸਟ ਹੀ ਕੋਈ ਨਹੀਂ, ਸਾਰੀ ਜ਼ਿੰਦਗੀ ਅਸੀਂ ਬਾਣੀ ਸੁਣੀ ਜਾਂਦੇ ਹਾਂ, ਕਦੇ ਟੈਸਟ ਨਹੀਂ ਕੀਤਾ ਵੀ ਸਾਨੂੰ ਉਹ ਯਾਦ ਹੋਇਆ ਕਿ ਨਹੀਂ ਹੋਇਆ। ਕਹਿਣ ਲੱਗੇ ਸੁਣ, ਅੱਗੇ ਚੱਲਣ ਔਰ ਹੈ ਭਾਈ, ਉਹ ਕੰਮ ਨਾ ਆਇਆ। ਕਹਿਣ ਲੱਗੇ ਉੱਥੋਂ ਦਾ ਚੱਲਣ, ਉੱਥੋਂ ਦੀ ਮਰਿਆਦਾ ਕੀ ਜਿਹੜੀ ਮੇਰੇ ਕੋਲ ਨਹੀਂ। ਕਹਿਣ ਲੱਗੇ ਸੁਣ, ਤੀਰਥ ਨਾਏ ਤਰ ਤਰਨੀ ਪਰਮਤਾ। ਲੋ ਫੈਸਲੇ ਮੇਰੇ ਨਹੀਂ ਦੇ ਗੁਰਬਾਣੀ ਗੁਰੂ ਦੇ, ਭਲਾ ਅਸੀਂ ਇਹ ਡਿਕਸ਼ਨਰੀ ਪੜ੍ਹੀ, ਭਲਾ ਅਸੀਂ ਇਹ ਕਿਤਾਬ ਪੜ੍ਹੀ ਜਿੱਥੇ ਉੱਥੋਂ ਦੇ ਨਿਯਮ ਹੋਣ, ਜੇ ਪੜ੍ਹੀ ਹੁੰਦੀ ਅਸੀਂ ਵੀ ਤੀਰਥਾਂ ਦੀ ਯਾਤਰਾ ਲਈ ਦਿਨ ਰਾਤ ਇੱਕ ਨਾ ਕਰ ਦਿੰਦੇ, ਸਾਡੇ ਕਾਫਲੇ ਚੱਲਦੇ ਨੇ ਤੀਰਥ ਯਾਤਰਾ ਲਈ। ਸਾਡੀ ਤਾਂ ਜ਼ਿੰਦਗੀ ਦਾ ਬਹੁਤ ਸਾਰਾ ਹਿੱਸਾ ਸੜਕਾਂ 'ਤੇ ਹੀ ਗੁਜ਼ਰ ਗਿਆ ਹੈ, ਤੀਰਥਾਂ 'ਤੇ ਨਹਾਉਂਦਿਆਂ ਨਹਾਉਂਦਿਆਂ ਹੀ ਗੁਜ਼ਰ ਗਿਆ। ਅਸੀਂ ਸੋਚਦੇ ਹਾਂ ਸਾਡਾ ਸਭ ਰੱਬ ਨਾਲ ਰਿਸ਼ਤਾ ਕਾਇਮ ਹੋ ਜਾਏ, ਫੈਸਲਾ ਦਿੰਦਾ ਕਹਿੰਦਾ ਉੱਥੇ ਪਰਵਾਹ ਨਹੀਂ। ਕਹਿਣ ਲੱਗੇ ਧਰਤੀ ਤੇ ਪਰਮਨਾ ਵਿਚਰਨਾ, ਅੱਜ ਮੈਂ ਫਲਾਣੇ ਤੀਰਥਾਂ ਦੀ ਯਾਤਰਾ ਲਈ ਜਾ ਰਿਹਾ, ਅੱਜ ਮੈਂ ਫਲਾਣੇ ਤੀਰਥਾਂ ਦੀ ਯਾਤਰਾ ਲਈ, ਅਸੀਂ ਵੀ ਉਸੇ ਵਿੱਚ ਸ਼ਾਮਲ ਹਾਂ। ਮੱਥਾ ਗੁਰਬਾਣੀ ਨੂੰ ਟੇਕਣਾ, ਇਸ ਸ਼ਬਦ ਨੂੰ ਵੀ ਮੱਥਾ ਟੇਕਣਾ, ਇਹ ਗੱਲ ਨਹੀਂ ਜਦੋਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹਾਂ ਉਹਦੇ ਵਿੱਚ ਹੀ ਇਹ ਸ਼ਬਦ ਬੈਠਾ ਹੈ, ਇਸ ਸ਼ਬਦ ਨੂੰ ਵੀ ਮੱਥਾ ਟੇਕਣੇ ਆ, ਮੰਨਦੇ ਬਿਲਕੁਲ ਨਹੀਂ। ਜੇ ਮੰਨ ਲਈਏ ਸਮਝ ਲਈਏ ਅਤੇ ਹੁਣ ਸਾਡਾ ਚਿੱਤ ਕਰੀਏ ਅਸੀਂ ਵੀ ਤੀਰਥ ਨਹਾਈਏ ਅਤੇ ਧਰਨੀ ਭਰਨ ਦੇ ਫਰੀਏ। ਗੁਰੂ ਤਾਂ ਬਾਣੀ ਵਿੱਚ ਆਖ ਰਿਹਾ, ਨਾ ਤੂੰ ਆਵੇਂ ਬਸ ਬਹੁਤ ਘਿਨਾਵਣੇ, ਨਾ ਤੂੰ ਆਵੇਂ ਬਸ ਵੇਦ ਪੜ੍ਹਾਉਣੇ, ਨਾ ਤੂੰ ਆਵੇਂ ਬਸ ਤੀਰਥ ਨਹਾਈਏ, ਨਾ ਤੂੰ ਆਵੇਂ ਬਸ ਧਰਤੀ ਦਹਾਈਏ। ਇੱਥੇ ਵੀ ਹੋਈ ਤੀਰਥ ਨਹਾਏ ਪਰ ਧਰਨੀ ਭਰਮਤਾ ਅੱਗੇ ਠੋਰ ਨਾ ਪਾਵੇ। ਅੱਗੇ ਉਹਨੂੰ ਇੱਕ ਦੋ ਫੁੱਟ ਦੀ ਥਾਂ ਹੀ ਗੁਰੂ ਦੇ ਦਰਗਰਾਮ ਵਿੱਚ ਉਹਦੇ ਵਤਨ ਵਿੱਚ ਬੈਠਣ ਲਈ ਮਿਲ ਸਕਦੀ, ਜਿਹੜਾ ਸਿਰਫ ਤੀਰਥਾਂ ਦੇ ਨਾਂ ਤੇ ਧਰਤੀ ਦੀ ਭਰਮ ਤੇ ਆਖੇ ਮੈਂ ਰੱਬ ਦੇ ਘਰ ਵਿੱਚ ਪਹੁੰਚ ਜਾਵਾਂ। ਫੈਸਲਾ ਮੇਰਾ ਨਹੀਂ ਤੇ ਬਣੀ ਅੱਗੇ ਠੋਰ ਨਾ ਪਾਵੇ, ਉਹਨੂੰ ਉੱਥੋਂ ਦੀ ਇਮੀਗ੍ਰੇਸ਼ਨ ਨਹੀਂ ਮਿਲ ਸਕਦੀ, ਉੱਥੋਂ ਦਾ ਵਤਨ ਹੀ ਨਹੀਂ ਹੋ ਸਕਦਾ। ਕਹਿਣ ਲੱਗੇ ਤੀਰਥ ਨਹਾਏ ਤਰ ਧਰਨੀ ਪਰਮਤਾ, ਅੱਗੇ ਠੋਰ ਨਾ ਪਾਵੇ, ਅੱਗੇ ਠੋਰ ਨਾ ਪਾਵੇ, ਉਹਾ ਕੰਮ ਨਾ ਆਵੇ ਬਿਦ। ਇਹ ਜਿਹੜੀਆਂ ਵਿਧੀਆਂ ਤੂੰ ਸੋਚਣਾ ਨਾ, ਮੈਂ ਉੱਥੋਂ ਦਾ ਵਤਨੀ ਹੋ ਜਾਵਾਂਗਾ। ਕਹਿਣ ਲੱਗੇ ਉੱਥੇ ਕੰਮ ਨਹੀਂ ਆਉਂਦੀਆਂ, ਇਹ ਲੋਕਾਂ ਹੀ ਪਤਿਆ, ਹਾਂ ਲੋਕਾਂ ਨੂੰ ਤੂੰ ਜ਼ਰੂਰ ਖੁਸ਼ ਕਰ ਲੈਣਾ ਵੀ ਫਲਾਣਾ ਤੀਰਥ ਯਾਤਰਾ ਕਰਕੇ ਆਇਆ ਹੈ। ਫਿਰ ਆ ਕੇ ਦੱਸਦਾ ਮੈਂ ਫਲਾਣੇ ਫਲਾਣੇ ਤੀਰਥਾਂ 'ਤੇ ਇਸ਼ਨਾਨ ਕੀਤਾ ਹੈ, ਫਲਾਣੇ ਫਲਾਣੇ ਤੀਰਥ 'ਤੇ ਹੋ ਕੇ ਆਇਆ। ਲੋਕ ਕਹਿੰਦੇ ਨੇ ਵੀ ਬੜਾ ਧਰਮੀ, ਇਹ ਤਾਂ ਤੀਰਥਾਂ 'ਤੇ ਇਸ਼ਨਾਨ ਕਰਕੇ ਆਇਆ। ਗੁਰਬਾਣੀ ਕੋਲੋਂ ਪੁੱਛ, ਗੁਰੂ ਕਹਿੰਦਾ
ਕਰਤਾ ਹੈ ਤਰ ਧਰਨੀ ਪਰਮਤਾ ਅੱਗੇ ਠੋਰ ਨਾ ਪਾਵੇ ਉਹਾ ਕਾਮ ਨਾ ਆਵੇ ਬਿਦ ਉਹਾ ਕਾਮ ਨਾ ਆਵੇ ਬਿਦ ਜੋ ਲੋਗ ਨਹੀਂ ਪਤਿਆ ਖੁਸ਼ ਕਰਨ ਵਾਸਤੇ ਤਾਂ ਤੂੰ ਤੀਰਥਾਂ ਤੇ ਪਿਆ ਫਿਰਨਾ ਹੈ, ਪਰ ਵਿਸ਼ਵਾਸ ਕਰ ਮੇਰੇ ਮਾਲਕ ਦੇ ਦਰ ਤੇ ਥਾਂ ਤੀਰਥਾਂ ਤੇ ਨਹਾਉਣ ਨਾਲ ਨਹੀਂ ਮਿਲਦੀ, ਫੈਸਲਾ ਗੁਰਬਾਣੀ ਦਾ। ਹੁਣ ਤੁਸੀਂ ਇੱਕ ਕੌੜੀ ਸੱਚਾਈ ਨੂੰ ਹਿਰਦੇ ਵਿੱਚ ਦੇਖਿਓ, ਭਲਾ ਇਹ ਕੌੜੀ ਸੱਚਾਈ ਸਾਡੇ ਨਾਲ ਵੀ ਸੰਬੰਧਿਤ ਨਹੀਂ? ਜਾਣੇ ਅਣਜਾਣੇ ਅਸੀਂ ਵੀ ਇਹ ਨਹੀਂ ਸੋਚਦੇ ਕਿ ਤੀਰਥਾਂ ਤੇ ਨਹਾਉਣ ਨਾਲ ਅਸੀਂ ਧਰਮੀ ਹੋ ਜਾਵਾਂਗੇ। ਤੀਰਥ ਯਾਤਰਾ ਸਾਡੇ ਧਰਮ ਦਾ ਪ੍ਰਤੀਕ ਜੇ ਹੈ ਤਾਂ ਫਿਰ ਇਹਦਾ ਮਤਲਬ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਨਹੀਂ, ਗੁਰੂ ਤਾਂ ਆਖ ਰਿਹਾ ਉਹ ਕਾਮਨਾ ਆਵੇ ਵਿਧ ਲੋਕਾਂ ਨੂੰ ਪਤੀ ਆਉਂਦੇ। ਹੁਣ ਚੌਥਾ ਪਦ ਹੈ ਬੜਾ ਸਿੰਘ ਚਤੁਰਵੇਦ ਮੁੱਖ ਬਚਨੀ ਉੱਚਰੇ ਇੱਕ ਨਹੀਂ ਦੋ ਨਹੀਂ ਚਾਰੇ ਵੇਦ ਤੂੰ ਮੂੰਹ ਜ਼ਬਾਨੀ ਯਾਦ ਕਰ ਲੈ ਤੇ ਉਚਾਰ ਲੈ, ਕਿਉਂਕਿ ਇੱਥੇ ਮੂੰਹ ਦਾ ਅਰਥ ਹੈ ਮੁੱਖੋਂ ਬਾਹਰ ਸਭ ਕੋ ਕਹੇ ਬਿਰਲੇ ਹਿਰਦੇ ਵਸਾਇਆ। ਗੁਰੂ ਕਹਿੰਦਾ ਨਹੀਂ ਸਿਰਫ ਮੂੰਹ ਤੋਂ ਪੜ੍ਹਨ ਨਾਲ ਗੱਲ ਨਹੀਂ ਬਣਦੀ, ਬੁੱਝਣ ਨਾਲ ਗੱਲ ਕਰਨੀ। ਪੜ੍ਹਿਆ ਨਾ ਹੀ ਭੇਦ ਬੁੱਝਿਆ ਭਾਵਨਾ, ਇਸ ਸ਼ਬਦ ਦੀ ਇਸ ਲਾਈਨ ਇਸ ਪਦ ਵਿੱਚ ਇਸ ਗੱਲ ਨੂੰ ਸਪਸ਼ਟ ਕੀਤਾ ਨਹੀਂ। ਕਹਿੰਦੇ ਚਤੁਰਵੇਦ ਮੁੱਖ ਬਚਨੀ ਉਚਰੇ ਆਪਦੇ ਮਹਿਲ ਨਾ ਪਾਵੇ, ਚਾਰੇ ਵੇਦ ਮੂੰਹ ਨਾਲ ਜ਼ਬਾਨੀ ਯਾਦ ਕਰ ਲੈ ਪੜ੍ਹੇ ਦਿਨ ਰਾਤ ਪੜ੍ਹੇ ਅੱਗੇ ਥਾਂ ਨਹੀਂ ਮਿਲਦੀ। ਉਹਨੂੰ ਤਾਂ ਰੱਬ ਦਾ ਘਰ ਪ੍ਰਵੇਸ਼ ਤਾਂ ਕਿਤੇ ਰਹਿ ਗਿਆ, ਰੱਬ ਦਾ ਘਰ ਲੱਭਦਾ ਹੀ ਨਹੀਂ। ਚਤੁਰਵੇਦ ਮੁੱਖ ਬਚਨੀ ਉਚਰੇ ਅੱਗੇ ਮਹਿਲ ਨਾ ਪਾਵੇ, ਕਿਉਂ? ਕਿਉਂਕਿ ਉਹਨੇ ਪੜ੍ਹਿਆ ਹੈ ਬੁੱਝਿਆ ਤੇ ਹੈ ਨਹੀਂ, ਚਾਰ ਵੇਦ ਪੜ੍ਹ ਰਹੇ ਨੇ ਬੁੱਝਿਆ ਇੱਕ ਅੱਖਰ ਵੀ ਨਹੀਂ। ਅਸੀਂ ਦਿਨ ਰਾਤ ਬਾਣੀ ਸੁਣ ਲਈਏ ਬੁੱਝਿਆ ਇੱਕ ਸ਼ਬਦ ਵੀ ਨਹੀਂ। ਫੈਸਲਾ ਬਾਣੀ ਦਾ ਕਹਿਣ ਲੱਗੇ ਚਤੁਰਵੇਦ ਮੁੱਖ ਬਚਨੀ ਉਚਰੇ ਅੱਗੇ ਮਹਿਲ ਨਾ ਪਾਵੇ, ਕਹਿਣ ਲੱਗੇ ਬੁੱਝ ਹੈ ਨਾ ਹੀ ਏਕ ਸੁਦਾਖਰ। ਇਹ ਲਫ਼ਜ਼ ਸੁਦਾਖਰ ਇਕੱਠਾ ਹੈ, ਪਰ ਇਹ ਸੁਦਾਖਰ ਇਕੱਠਾ ਲਫ਼ਜ਼ ਹੈ। ਸੁਧਾ ਅੱਖਰ ਜਦੋਂ ਅਸੀਂ ਅਨਵੈ ਕਰਾਂਗੇ ਨਾ, ਹਰ ਇੱਕ ਦੇ ਵਿੱਚੋਂ ਅਗਲਾ ਲਫ਼ਜ਼ ਜਨਮ ਲੈਂਦਾ ਹੈ। ਇਹ ਹੈ ਬੁੱਝ ਹੈ ਨਾ ਹੀ ਏਕ ਸੁਦਾਖਰ। ਸੁਧਾ ਕਹਿੰਦੇ ਨੇ ਅੰਮ੍ਰਿਤ ਨੂੰ, ਬਾਣੀ ਦਾ ਇੱਕ ਅੱਖਰ ਤੂੰ ਨਹੀਂ ਬੁੱਝਿਆ ਤੇ ਚਾਰੇ ਵੇਦਾਂ ਨੂੰ ਪੜ੍ਹ ਪੜ੍ਹ ਕੇ ਜ਼ਬਾਨੀ ਯਾਦ ਕਰ ਕਰਕੇ ਰੱਬ ਦੇ ਦਰ ਦਾ ਵਤਨੀ ਹੋਣਾ ਚਾਹੁੰਦੇ? ਗੁਰੂ ਨਾਨਕ ਦਾ ਫੈਸਲਾ ਕਹਿਣ ਲੱਗੇ ਸੁਧਾਖਰ, ਕਹਿਣ ਲੱਗੇ ਜੇ ਤੂੰ ਬੁੱਝਦਾ ਨਹੀਂ ਨਾ
ਸਿਰਫ ਪੜ੍ਹਿਆ ਹੀ ਫਿਰਨਾ, ਝੱਕ ਪਿਆ ਮਾਰਨਾ, ਸਪਸ਼ਟ ਅਜੇ ਵੀ ਅਸੀਂ ਨਾ ਸਮਝੀਏ। ਮੈਨੂੰ ਪੁੱਛਿਆ ਨਹੀਂ ਇੱਕ ਸੁਧਾਕਰ ਉਹ ਸਗਲੀ ਚਾਕ ਚਖਾਵੇ, ਮੈਨੂੰ ਦਿਨ ਰਾਤ ਚੱਕਾਂ ਪਿਆ ਮਾਰਦਾ, ਕੋਈ ਵੀ ਕੰਮ ਪੂਰਾ ਨਹੀਂ ਹੁੰਦਾ ਉਹਦਾ, ਕੋਈ ਵੀ ਕਰਤੱਵ ਕੋਈ ਵੀ ਕਾਨੂੰਨ ਉਹਦੇ ਰੱਬ ਦੇ ਦਰ ਵਿੱਚ ਉਹਨੂੰ ਵਤਨੀ ਬਣਨ ਦਾ ਅਧਿਕਾਰ ਨਹੀਂ ਦਿੰਦਾ, ਹੱਕ ਨਹੀਂ ਦਿੰਦਾ। ਕਹਿਣ ਲੱਗੀ ਬੁਝੇ ਨਹੀਂ ਇੱਕ ਸੁਧਾਕਰ, ਬੁਝੇ ਨਹੀਂ ਇੱਕ ਸੁਧਾਕਰ, ਉਹ ਸਗਲੀ ਚਾਕ ਚਖਾਈਐ, ਪੜ ਪੜ ਗੱਡੀ ਲੱਦੀਐ, ਪੜ ਪੜ ਭਰੀਐ ਸਾਥ, ਪੜ ਪੜ ਬੇੜੀ ਪਾਈਐ, ਪੜ ਪੜ ਗੱਡੀ ਐ ਖਾਲ, ਪੜੀਏ ਜੇਤੇ ਬਸ ਬਸ, ਪੜੀਏ ਜੇਤੇ ਮਾਸ, ਪੜੀਏ ਜੇਤੀ ਆਰ ਜਾ, ਪੜੀਏ ਜੇਤੇ ਸਾਸ। ਨਾਨਕ ਲੇਖੈ ਇੱਕ ਗੱਲ ਹੋਰ, ਹਉਮੈਂ ਚੱਕਣਾ ਚਾਕ, ਬੁਝੈ ਨਹੀਂ ਇੱਕ ਸੁਧਾਕਰ, ਉਹ ਸਗਲੀ ਚਾਕ ਚਖਾਈਐ, ਚੱਕਣਾ ਕੀ ਅਸੀਂ ਸਾਰੀ ਜ਼ਿੰਦਗੀ ਚਾਕਾਂ ਹੀ ਮਾਰਦੇ ਰਹਾਂਗੇ, ਸਾਡੇ ਸਾਹਮਣੇ ਸਵਾਲ ਅਸੀਂ ਨਹੀਂ ਬੁਝਾਂਗੇ, ਨਹੀਂ ਕਮਾਈ ਕਰਾਂਗੇ। ਗੁਰੂ ਦੀ ਗੁਰੂ ਨੇ ਜੋ ਲਿਸ਼ ਦਿੱਤੀ ਹੈ ਉੱਥੋਂ ਦੇ ਸ਼ਹਿਰੀ ਹੋਣ ਲਈ, ਉੱਥੋਂ ਦੇ ਗ੍ਰਾਮੀ ਹੋਣ ਲਈ, ਉਹ ਅਸੀਂ ਯਾਦ ਨਹੀਂ ਕਰਾਂਗੇ। ਜੇ ਸਾਨੂੰ ਇੱਥੋਂ ਦੇ ਕਿਸੇ ਥਾਂ ਦਾ ਸਿਟੀਜ਼ਨ ਹੋਣ ਲਈ ਉਹ ਕਿਤਾਬ ਪੜ੍ਹ ਕੇ ਯਾਦ ਕਰਨੀ ਪੈਂਦੀ ਹੈ, ਕੋਈ ਟੈਸਟ ਹੁੰਦਾ ਹੈ ਸਾਡੇ ਜੀਵਨ ਦਾ, ਵਿਸ਼ਵਾਸ ਕਰਿਓ ਰੱਬ ਦੇ ਘਰ ਦਾ ਸ਼ਹਿਰੀ ਬਣਨ ਲਈ ਕੋਈ ਟੈਸਟ ਨਹੀਂ ਅਸੀਂ ਨਹੀਂ ਦੇ ਰਹੇ। ਅਤੇ ਗੁਰੂ ਨਾਨਕ ਆਖਰੀ ਲਾਈਨ ਅੰਦਰ ਫੈਸਲਾ ਦਿੰਦੇ ਨੇ ਭਰਿਆ, ਗੁਰੂ ਨਾਨਕ ਤੈਨੂੰ ਇਹ ਸਾਰੇ ਪਿਛਲੇ ਲੜੀ ਵਿੱਚ ਦਿੱਤੇ ਹੋਏ ਵਿਚਾਰ ਪਿਆ ਦਿੰਦਾ, ਇਹਨੂੰ ਕਮਾਈ ਵਿੱਚ ਲਿਆ ਤਾਂ ਤੂੰ ਉਹਦਾ ਗ੍ਰਾਮੀ ਹੋ ਸਕੇਗਾ, ਜੇ ਕਮਾਈ ਵਿੱਚ ਲਿਆਵੇਂਗਾ। ਕਹਿਣ ਲੱਗੇ ਨਾਨਕ ਕਹਿ ਤੋ ਇਹ ਵਿਚਾਰਾ, ਨਾਨਕ ਕਹਿ ਤੋ ਗ੍ਰਾਮੀ ਹੋਣ ਦਾ ਅਧਿਕਾਰ ਨਹੀਂ ਮਿਲ ਸਕਦਾ, ਜਿੰਨੀ ਮਰਜ਼ੀ ਤੀਰਥਾਂ ਦੇ ਇਸ਼ਨਾਨ ਕਰ ਲੈ, ਜਪ ਤਪ ਸੰਜਮ ਕਰ ਲੈ, ਚਤੁਰਵੇਦ ਪੜ੍ਹ ਲੈ, ਪਰ ਵਿਸ਼ਵਾਸ ਕਰ ਇਹ ਕਰਨ ਤਾਂ ਕੇਵਲ ਫੈਸਲਾ ਗੁਰੂ ਨਾਨਕ ਦਾ ਹੈ।
त्यागो मनो गुमानी नानक के तो यह बिचारा नानक के तो यह बिचारा जे कमावे सो पार गरामी जे कमावे सो पार गरामी नानक के तो यह बिचारा ਕਿਤੇ ਐਸਾ ਨਾ ਹੋਵੇ ਨਾਨਕ ਕਹਿੰਦਾ ਹੀ ਰਹੇ ਪਰ ਸਹੁਰੇ ਤੋਂ ਕਹੀ ਜਾਂਦਾ ਅਸੀਂ ਮੱਥੇ ਵੀ ਟੇਕਦੇ ਹੀ ਰਹੀਏ ਪਰ ਜੋ ਉਹ ਆਖੇ ਉਹਨੂੰ ਕਮਾਈਏ ਨਾ ਉਸ ਸੁਦਾਖਰ ਨੂੰ ਬੁੱਝੇ ਨਾ ਹੀ ਇੱਕ ਸੁਦਾਖਰ ਹੋਰ ਸਗਲੀ ਝਾਕ ਚਖਾਈ ਹੈ ਹੋਰ ਚਖਾਂਦਾ ਮਾਰੀਏ ਪਰ ਅਸੀਂ ਉਸ ਇੱਕ ਸੁਦਾਖਰ ਨੂੰ ਬੁੱਝੀਏ ਨਾ ਫਿਰ ਸਾਡਾ ਮਾਲਕ ਨਾਲ ਸੰਬੰਧ ਕਿਵੇਂ ਪੈਦਾ ਹੋਵੇਗਾ ਉਸਦੇ ਗ੍ਰਾਮ ਦੇ ਗ੍ਰਾਮੀ ਨਹੀਂ ਬਣ ਸਕਦੇ ਉਹਦੇ ਵਿੱਚ ਪ੍ਰਵੇਸ਼ ਦੀ ਵੜਨ ਦੀ ਇਮੀਗ੍ਰੇਸ਼ਨ ਸਾਨੂੰ ਨਹੀਂ ਮਿਲ ਸਕਦੀ ਇਹ ਤਾਂ ਫੈਸਲਾ ਸਾਡਾ ਤੁਹਾਡਾ ਗੁਰੂ ਨੇ ਤਾਂ ਸਮਝਾ ਦਿੱਤਾ ਹੈ ਜੇ ਇਹਦੇ ਕੋਈ ਅਰਥ ਹੋਰ ਕੋਈ ਸਮਝਾਵੇ ਮੈਂ ਹਾਜ਼ਰ ਹਾਂ ਇਹਦੇ ਸਪਸ਼ਟ ਸ਼ਬਦਾਂ ਵਿੱਚ ਗੁਰੂ ਸਮਝਾਏ ਫਿਰ ਅਸੀਂ ਨਾ ਸਮਝੀਏ ਗੁਰ ਸਮਝਾਵੇ ਸੋਝੀ ਹੋਏ ਗੁਰੂ ਦੇ ਸਮਝਾਉਣ ਦਾ ਫਾਇਦਾ ਤਾਂ ਹੈ ਜੇ ਸਾਨੂੰ ਸੋਝੀ ਆ ਜਾਏ ਇਹ ਨਾ ਹੋਵੇ ਵੀ ਜਿਵੇਂ ਕਹਾਵਤ ਪੰਜਾਬੀ ਦੀ ਬਣੀ ਹੋਈ ਹੈ ਵੀ ਵੱਡਿਆਂ ਦਾ ਕਹਿਣਾ ਸਿਰ ਮੱਥੇ ਟੇਕਾਂਗੇ ਪਰ ਤਨਾ ਦਾ ਉੱਥੇ ਦਾ ਉੱਥੇ ਅਸੀਂ ਉਹ ਹੀ ਤੀਰਥਾਂ ਦੇ ਨਹਿ ਜਾਂਦੇ ਹਾਂ ਉਹੀ ਰਿਟਰਨ ਕਰੀ ਜਾਂਦੇ ਹਾਂ ਉਹੀ ਜਪ ਤਪ ਵਰਤ ਰੱਖੀ ਜਾਂਦੇ ਹਾਂ ਸਭ ਕੁਝ ਅਸੀਂ ਉਵੇਂ ਕਰ ਰਹੇ ਹਾਂ ਅਤੇ ਚਾਹੁੰਦੇ ਹਾਂ ਰੱਬ ਦੀ ਦਰਗਾਹ ਵਿੱਚ ਮਾਲਕ ਨਾਲ ਸਾਡਾ ਸੰਬੰਧ ਕਾਇਮ ਹੋ ਜਾਏ ਉਹਦੇ ਗ੍ਰਾਮੀ ਹੋ ਜਾਈਏ ਸੋ ਉਹਦੇ ਗ੍ਰਾਮੀ ਹੋਣਾ ਆਹ ਰੁਕਾਵਟ ਹੈ ਇਹਨਾਂ ਸ਼ਬਦਾਂ ਨਾਲ ਖਿਮਾਦਾ ਜਾ ਚੇਖਾਂ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ